ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਰਾਜਾ ਪ੍ਰਥਰੀ ਦਾ ਇੱਕ ਐਸਾ ਅਦਭੁਤ ਪ੍ਰਸੰਗ ਜਿਸ ਦੇ ਵਿੱਚ ਰਾਜਾ ਪ੍ਰਥਰੀ ਦੀ ਸ਼ਾਦੀ ਇੱਕ ਰਾਜਕੁਮਾਰੀ ਦੇ ਨਾਲ ਕਿਸੇ ਲੋਕ ਦੇ ਵਿੱਚ ਹੁੰਦੀ ਆ ਤੇ ਇਹ ਜਿਹੜੀ ਸ਼ਾਦੀ ਹੈਗੀ ਆ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਤੇ ਕਿਰਪਾ ਦੇ ਸਦਕੇ ਸੰਪੂਰਨ ਹੋਈ ਆ ਇਸ ਬਾਰਦਾਤ ਨੂੰ 10 ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ। ਦੇਖੋ ਰਾਜੇ ਭਰਤਰੀ ਨੂੰ ਜਦੋਂ ਬਰਾਗ ਲੱਗਾ ਇਸ ਬਰਾਗ ਦੇ ਵਿੱਚ ਰਾਜੇ ਭਰਤਰੀ ਨੇ ਗੋਰਖਨਾਥ ਦੀ ਬੜੀ ਮਨ ਤਨ ਤੇ ਧਨ ਦੇ ਨਾਲ ਸੇਵਾ ਕੀਤੀ। ਬਿਲਕੁਲ ਸੱਚੇ ਦਿਲੋਂ ਸੇਵਾ ਕੀਤੀ। ਇਸ ਸੇਵਾ ਦੇ ਵਿੱਚ ਰਾਜੇ ਭਰਤਰੀ ਨੇ ਸੇਵਾ ਦੇ ਵਿੱਚ ਕੀ ਡਿਊਟੀ ਨਿਭਾਈ ਕਿ ਇੱਕ 40 ਮਨ ਪਾਣੀ ਦਾ ਡੋਲ ਰੋਜ਼ ਭਰ ਕੇ ਗੋਰਖਨਾਥ ਨੂੰ ਇਸ਼ਨਾਨ ਕਰਾਉਣਾ। ਦੇਖੋ ਇੱਕ ਵੱਡਾ ਡੋਲ ਜਿਹਦੇ ਵਿੱਚ 40 ਮਾਣ ਜਲ ਪੈਂਦਾ ਸੀਗਾ ਤੇ ਆਪ ਸਾਰੀਆਂ ਸੰਗਤਾਂ ਅੰਦਾਜ਼ਾ ਲਾ ਸਕਦੀਆਂ ਕਿ ਇਹ ਜਿਹੜਾ ਇੱਕ ਮਾਣ ਉੱਜਕਲ ਦੇ 28 ਕਿਲੋ ਦੇ ਬਰਾਬਰ ਮੰਨਿਆ ਜਾਂਦਾ ਸੀ ਤੇ 40 ਮਾਣ ਠਾਈਆਂ ਦੇ हिसाब ਨਾਲ ਦੇਖ ਲਓ ਕਿੰਨਾ ਭਜਨ ਬਣਦਾ ਹੈ ਇੰਨਾ ਰੋਜ਼ ਪਾਣੀ ਜਿਹੜਾ ਸਗਾ ਰਾਜਾ ਭਰਤਰੀ ਅੰਮ੍ਰਿਤ ਵੇਲੇ ਦਰਿਆ ਦੇ ਵਿੱਚੋਂ ਭਰ ਕੇ ਤੇ ਗੋਰਖਨਾਥ ਨੂੰ ਇਸ਼ਨਾਨ ਕਰਾਉਂਦਾ ਸੀ ਇੱਕ ਵਾਰ ਰਾਜਾ ਪਰਥੀ ਜਦੋਂ ਪਾਣੀ ਦਾ ਡੂਲ ਭਰ ਕੇ ਲੈ ਕੇ ਆ ਰਿਹਾ ਸੀਗਾ ਰਾਹ ਦੇ ਵਿੱਚ ਇੱਕ ਰਕਾਬ ਪੰਛੀਆਂ ਦਾ ਜੋੜਾ ਸੀਗਾ ਉਹ ਜਿਹੜੇ ਰਕਾਬ ਪੰਛੀ ਸੀ ਜੋ ਆਪਸ ਵਿੱਚ ਗੱਲ ਕਰਦੇ ਸੀਗੇ ਵੀ ਇਹ ਜਿਹੜਾ ਰਾਜਾ ਪਰਥੀ ਆ ਜਿਹੜਾ ਗੋਰਖਨਹਾਦੀ ਤਨਮਨ ਤਨਨਾ ਸੇਵਾ ਕਰ ਰਿਹਾ ਹੈਗਾ ਕੱਲ ਇਹਦਾ ਇੱਕ ਪਿਛਲੇ ਜਨਮ ਦਾ ਕੌਲ ਕਰਾ ਰਿਹਾ ਹੈ ਉਹ ਕੌਲ ਕਰਾਰ ਕਿਹੜਾ ਹੈ ਉਹ ਇੱਕ ਰਾਜਕੁਮਾਰੀ ਦੇ ਨਾਲ ਸ਼ਾਦੀ ਦਾ ਹੈਗਾ ਤੇ ਇਸ ਕਾਲ ਕਰਾਰ ਦੇ ਅੰਦਰ ਅਗਰ ਰਾਜਾ ਭਰਤਰੀ ਕੱਲ ਉਸ ਲੜਕੀ ਦੇ ਨਾਲ ਸ਼ਾਦੀ ਨਾ ਕਰਾ ਸਕਿਆ ਤੇ ਫਿਰ ਇਹਦੀ ਜਿਹੜੀ ਜਿੰਨੀ ਵੀ ਤਪੱਸਿਆ ਸੇਵਾ ਗੋਰਖਨਾਥ ਦੇ ਪ੍ਰਤੀ ਕੀਤੀ ਆ ਉਹ ਸਾਰੀ ਹੀ ਨਸਫਲ ਚਲੀ ਜਾਊਗੀ ਪਰ ਉਹ ਰਕਾਬ ਪੰਛੀਆਂ ਦੀ ਇਹ ਗੱਲਾਂ ਜਦੋਂ ਭਰਤਰੀ ਨੇ ਸੁਣੀਆਂ ਸੀ ਮਨ ਵਿੱਚ ਬੜਾ ਹੈਰਾਨ ਹੋਇਆ ਤੇ ਚਿੰਤਾ ਵੀ ਹੋਈ ਪਰ ਰਕਾਬ ਪੰਛੀ ਆਪਸ ਵਿੱਚ ਗੱਲਾਂ ਕਰਦੇ ਸਗੇ ਕਿ ਦੇਖੋ ਇਸ ਰਾਜੇ ਭਰਤਰੀ ਦੀ ਕਿਸਮਤ ਕਿ ਜਿਹੜਾ ਪਿਛਲੇ ਜਨਮ ਦਾ ਕੀਤਾ ਵਚਨ ਹੈ ਉਸ ਲੜਕੀ ਦੇ ਨਾਲ ਉਹ ਇਹਨੂੰ ਨਿਮਾਉਣਾ ਜਿਹੜਾ ਹੈਗਾ ਉਹ ਬੜਾ ਮੁਸ਼ਕਲ ਹੈ ਕਿਉਂਕਿ ਕੱਲ ਇਹ ਦੀ ਜਿਹੜਾ ਹੈਗਾ ਇਸੇ ਹੀ ਕਾਲ ਦੇ ਅੰਦਰ ਕੱਲ ਇੱਕ ਬਹੁਤ ਵੱਡਾ ਇਮਤਿਹਾਨ ਹੈ ਆਪਾਂ ਦੇਖਣਾ ਕਿ ਇਹ ਇਸ ਇਮਤਿਹਾਨ ਵਿੱਚ ਪਾਸ ਹੋ ਜਾਂਦਾ ਕਿ ਨਹੀਂ ਹੋ ਜਾਂਦਾ ਕਿਉਂ ਕਿ ਪਚੀਦਾ ਇਮਤਿਹਾਨ ਇਸ ਵਾਸਤੇ ਹੈ ਕਿ ਕਰਮਾਂ ਦੇ ਅਨੁਸਾਰ ਗੋ ਰਾਜੇ ਭਰਤਰੀ ਦਾ ਜਨਮ ਇਸ ਕਰਮ ਭੂਮੀ ਦੇ ਅੰਦਰ ਹੋ ਗਿਆ ਪਰ ਉਹ ਜਿਹੜੀ ਲੜਕੀ ਜਿਹਨਾਂ ਇਹਨੇ ਕਾਲ ਕੀਤਾ ਸੀ ਵਿਆਹ ਦਾ ਉਹਦਾ ਲੜਕਾ ਜਿਹੜਾ ਜਨਮ ਸੀਗਾ ਕਿਸੇ ਹੋਰ ਲੋਕ ਦੇ ਵਿੱਚ ਹੋ ਗਿਆ ਹੁਣ ਦੇਖਿਓ ਕੱਲ ਇਹਨਾਂ ਦਾ ਮਿਲਣ ਹੋ ਸਕਦਾ ਜੇ ਨਹੀਂ ਹੋ ਸਕਦਾ ਅਗਰ ਮਿਲਣ ਨਾ ਹੋਇਆ ਤੇ ਫੇਰ ਆਜੇ ਪਰਤਰੀ ਦੀ ਕੀਤੀ ਸਾਰੀ ਸੇਵਾ ਵਿਅਰਥ ਚਲੀ ਜਾਊਗੀ ਦੇਖੋ ਇਹ ਸੁਣ ਕੇ ਉਹਨਾਂ ਪੰਛੀਆਂ ਦੀ ਗੱਲਬਾਤ ਨੂੰ ਰਾਜੇ ਪਰਤਰੀ ਦੇ ਅੰਦਰ ਬੜੀ ਚਿੰਤਾ ਹੋਈ ਤੇ ਰਾਜਾ ਭਰਤਰੀ ਸੋਚ ਦਾ ਸੋਧਾ ਜਦ ਗੋਰਖਨਾਥ ਦੇ ਕੋਲ ਪਹੁੰਚਿਆ ਚਿੰਤਾ ਦੇ ਵਿੱਚ ਰਾਜਾ ਭਰਤਰੀ ਮਾਨਸਿਕ ਹਾਲਤ ਦੇ ਵਿੱਚ ਇੰਨਾ ਕਮਜ਼ੋਰ ਹੋ ਗਿਆ ਕਿ ਉਹ ਜਿਹੜਾ 40 ਮਨ ਦਾ ਡੋਲ ਰੋਜ਼ ਗੋਰਖਨਾਥ ਵਾਸਤੇ ਇਸ਼ਨਾਨ ਕਰਨ ਵਾਸਤੇ ਭਰ ਕੇ ਲਿਆਉਂਦਾ ਸੀਗਾ ਅੱਜ ਉਹ ਡੋਲ ਜਿਹੜਾ ਸੀਗਾ ਉਹਦੇ ਸਿਰ ਤੋਂ ਨਹੀਂ ਉਤਰਿਆ ਸੱਤਾ ਜਿਹੜੀ ਸੀ ਸ਼ਕਤੀ ਸਰੀਰ ਦੀ ਜਿਹੜੀ ਸੀ ਇੰਨੀ ਕਮਜ਼ੋਰ ਹੋ ਗਈ ਤੇ ਇਹ ਦੇਖ ਕੇ ਜਿੰਨੇ ਬਾਕੀ ਹੋਰ ਗੋਰਖਨਾਥ ਦੇ ਚੇਲੇ ਸੀ ਬੜੇ ਹੈਰਾਨ ਹੋਏ ਵਾਰ ਗੋਰਖਨਾਥ ਨੇ ਦੂਸਰੇ ਚੇਲਿਆਂ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਰਾਜੇ ਭਰਤ ਦੇ ਸਿਰ ਤੋਂ ਪਾਣੀ ਦਾ ਡੋਲ ਉਤਾਰਿਆ ਤੇ ਫਿਰ ਗੋਰਖਨਾਥ ਨੇ ਪੁੱਛਿਆ ਕਿ ਭਰਤਰੀ ਕੀ ਗੱਲ ਹੈਗੀ ਆ ਅੱਜ ਇੰਨਾ ਪਰੇਸ਼ਾਨ ਕਿਉਂ ਹੈ ਤੇਰੀ ਇਹ ਹਾਲਤ ਜਿਹੜੀ ਹੈ ਇੰਨੀ ਦੁਬਲੀ ਪਤਲੀ ਕਿਉਂ ਹੋ ਗਈ ਆ ਤੇ ਫਿਰ ਰਾਜੇ ਭਰਤ ਨੇ ਉਹਨਾਂ ਰਕਾਬ ਪੰਛੀਆਂ ਦੀ ਗੱਲ ਗੋਰਖਨਾਥ ਨਾਲ ਸਾਂਝੀ ਕੀਤੀ ਸੀਗੀ ਕਿ ਅਸਲ ਦੇ ਵਿੱਚ ਕਹਾਣੀ ਜਿਹੜੀ ਆ ਹੈ ਕਿ ਮੇਰਾ ਪਿਛਲੇ ਜਨਮ ਦੇ ਵਿੱਚ ਇੱਕ ਲੜਕੀ ਦੇ ਨਾਲ ਵਚਨ ਸਗਿਆ ਕਿ ਮੈਂ ਤੈਨਾਂ ਸ਼ਾਦੀ ਕਰੂੰਗਾ ਔਰ ਸ਼ਾਦੀ ਦੀ ਤਾਰੀਖ ਵੀ ਕੱਲ ਹੈ ਪਰ ਬਦਕਿਸਮਤੀ ਦੇ ਨਾਲ ਕਰਮਾਂ ਦਾ ਹੇਰ ਫਰ ਐਸਾ ਹੋਇਆ ਕਿ ਮੇਰਾ ਜਨਮ ਜਿਹੜਾ ਹੈ ਇਸ ਮਾਤਲੋਕ 'ਚ ਹੋਇਆ ਇਸ ਧਰਤੀ 'ਤੇ ਹੋਇਆ ਉਹ ਲੜਕੀ ਦਾ ਜਨਮ ਕਿਸੇ ਹੋਰ ਲੋਕ ਦੇ ਵਿੱਚ ਹੋ ਗਿਆ ਹੈ ਤੇ ਮੈਂ ਉਸ ਲੋਕ ਦੇ ਵਿੱਚ ਜਾ ਨਹੀਂ ਸਕਦਾ ਨਾ ਮੇਰੇ ਉਹਦੀ ਜਾਣਕਾਰੀ ਹੈ ਜਦੋਂ ਇਹ ਗੱਲ ਗੋਰਖਨਾਥ ਨੇ ਸੁਣੀ ਸੀ ਗੋਰਖਨਾਥ ਆਪ ਵੀ ਜਿਹੜੇ ਸੀ ਉਹ ਦੁਚਿੱਤੀ 'ਚ ਫਸ ਗਏ ਸਗੇ ਕਿ ਦੇਖੋ ਇੱਕ ਮੇਰਾ ਚੇਲਾ ਪਰਥਰੀ ਆ ਜਿਹਨੇ ਰਾਜ ਭਾਗ ਛੱਡ ਕੇ ਜਿਹੜਾ ਹੈ ਉਹ ਮੇਰੀ ਸੇਵਾ ਕੀਤੀ ਆ ਤੇ ਇਹਦਾ ਜੋ ਪਿਛਲੇ ਜਨਮ ਦਾ ਕੀਤਾ ਵਚਨ ਹੈਗਾ ਇਸ ਨੂੰ ਫਿਰ ਕੌਣ ਪੂਰਾ ਕਰ ਸਕਦਾ ਹੈ ਫਿਰ ਗੋਰਖਨਾਥ ਨੇ ਜਿੰਨੇ ਵੀ ਸਾਰੇ ਚੇਲੇ ਸੀ ਉਹਦੇ ਜਿਹੜੇ ਨਾਥ ਸੀ ਬੜੀਆਂ ਰਿੱਧੀਆਂ ਸiddhiਆਂ ਦੇ ਮਾਲਕ ਸੀ ਸਾਰਿਆਂ ਨੂੰ ਬੁਲਾਇਆ ਤੇ ਇਸ ਗੱਲ ਤੇ ਵਿਚਾਰ ਕੀਤੀ ਤੇ ਗੋਰਖਨਾਥ ਨੇ ਇਹੋ ਸਵਾਲ ਰੱਖਿਆ ਸੀ ਸਿੱਧ ਮੰਡਲੀ ਦੇ ਅੰਦਰ ਕਿ ਕਿਸੇ ਸਿੱਧ ਦੇ ਵਿੱਚ ਕਿਸੇ ਨਾਥ ਦੇ ਵਿੱਚ ਐਸੀ ਕੋਈ ਸ਼ਕਤੀ ਹੈਗੀ ਐਸੀ ਕਰਮਾਤ ਹੈਗੀ ਆ ਜਿਹੜਾ ਰਾਜੇ ਭਰਤਰੀ ਨੂੰ ਉਸ ਲੋਕ ਦੇ ਵਿੱਚ ਪਛਾਣ ਸਕੇ ਪਰ ਜਦ ਇੰਨੀ ਗੱਲ ਹੋਈ ਸੀ ਸਾਰੇ ਨਾਥਾਂ ਨੇ ਤੇ ਯੋਗੇ ਨੇ ਸਿਰ ਨਹੀਂ ਵਾਂ ਕਰ ਲਿਆ ਸੀ ਫਿਰ ਗੋਰਖਨਾਥ ਨੇ ਮਨ ਚ ਸੋਚਿਆ ਵੀ ਭਾਈ ਸਾਡੀ ਤਾਂ ਪਹੁੰਚ ਜਿਹੜੀ ਜੋ ਵੱਦ ਤੋਂ ਵੱਦ ਸਮੇਰ ਪਰਬਤ ਤੱਕ ਹੈਗੀ ਆ ਪਰ ਉਹ ਲੋਕ ਕਿੰਨੀ ਦੂਰ ਹੈ ਉੱਥੇ ਪਹੁੰਚੋਣਾ ਜਿਹੜਾ ਹੈਗਾ ਉਹ ਆਮ ਬੰਦੇ ਦਾ ਕੰਮ ਨਹੀਂ ਤੇ ਸਾਡੀ ਸਮਰੱਥਾ ਤੋਂ ਬਾਹਰ ਹੈਗਾ ਫਿਰ ਦੇਖੋ ਗੋਰਖਨਾਥ ਦੇ ਮਨ ਦੇ ਅੰਦਰ ਜਿਹੜਾ ਸਗਾ ਫੁਰਨਾ ਬੰਨਿਆ ਕਿ ਇਹਨੂੰ ਹੋਰ ਤਾਂ ਕੋਈ ਪਛਾਣ ਨਹੀਂ ਸਕਦਾ ਉਹ ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਸਾਹਿਬ ਹੀ ਇਸ ਪਰਤਰੀ ਨੂੰ ਉਸ ਲੋਕ ਦੇ ਵਿੱਚ ਪਛਾਣ ਸਕਦੇ ਆ ਫਿਰ ਗੋਰਖਨਾਥ ਨੇ ਬੜੇ ਨਿਮਰਤਾ ਅਧੀਨ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਤਰਿਆ ਸਗਾ ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਬਹੁਤ ਜ਼ਰੂਰੀ ਆਪ ਜੀ ਦੇ ਦਰਸ਼ਨ ਚਾਹੀਦੇ ਆ ਦੇਖੋ ਇਹ ਨੀ ਅਧੀਨਤਾ ਦੇ ਨਾਲ ਜਦ ਗੋਰਖਨਾਥ ਨੇ ਬੇਨਤੀ ਕੀਤੀ ਸਾਰੇ ਸਿੱਧਾਂ ਨੂੰ ਲੈ ਕੇ ਤਾਂ ਫਿਰ ਉਸ ਬੇਨਤੀ ਰਿਆ ਸਦਕਾ ਧੰ ਗੁਰਨਾਨਕ ਸਾਹਿਬ ਬਾਲਾ ਤੇ ਮਰਦਾਨਾ ਤਿੰਨੇ ਹੀ ਜਿਹੜੇ ਸੀ ਉਸ ਜਗ੍ਹਾ ਦੇ ਉੱਤੇ ਪ੍ਰਤੱਖ ਪ੍ਰਗਟ ਹੋਏ ਜਦ ਪ੍ਰਗਟ ਹੋਏ ਤਾਂ ਫਿਰ ਧੰ ਗੁਰਨਾਨਕ ਸਾਹਿਬ ਮਰ ਨੇ ਗੋਰਖਨਾ ਨੂੰ ਪੁੱਛਿਆ ਸੀਗਾ ਕਿ हे नाथ ਜੀ ਦੱਸੋ ਤੁਸੀਂ ਕਿਵੇਂ ਯਾਦ ਕੀਤਾ ਹੈ ਫਿਰ ਗੋਰਖਨਾ ਨੇ ਰਾਜੇ ਭਰਤਰੀ ਦੀ ਇਹ ਜਿਹੜੀ ਸਮੱਸਿਆ ਸੀ ਵਿਆਹ ਦੀ ਇਸ ਨੂੰ ਫਿਰ ਸਾਹਮਣੇ ਰੱਖਿਆ ਸਗਾ ਤੇ ਜਦ ਇਸ ਸਮੱਸਿਆ ਸਾਹਮਣੇ ਰੱਖੀ ਫਿਰ ਧੰਗ ਗੁਰੂ ਨਾਨਕ ਸਾਹਿਬ ਮਰਜ ਨੇ ਕਿਹਾ ਹੈਗਾ ਕਿ ਤੁਸੀਂ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰੋ ਕਰਤਾਰ ਭਲੀ ਕਰੇਗਾ ਦੇਖੋ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਧੰਗ ਗੁਰੂ ਨਾਨਕ ਸਾਹਿਬ ਮਰਜ ਨੇ ਕਿਹਾ ਸੀ ਕਿ ਅਸੀਂ ਰਾਜੇ ਭਰਤਰੀ ਦੀ ਬਰਾਤ ਜਿਹੜੀ ਆ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਉਸ ਲੋਕ 'ਚ ਲੈ ਕੇ ਜਾਵਾਂਗੇ ਤੇ ਉਹ ਲੜਕੀ ਜਿਹੜੀ ਹਨਾ ਉਸ ਲੋਕ ਦੇ ਵਿੱਚ ਰਹਿੰਦੀ ਹੈ ਉਹਦੇ ਨਾਲ ਰਾਜੇ ਪਰਥਰੀ ਦੀ شادی ਪੂਰੇ ਨੈਚਰ ਟਾਈਮ ਦੇ ਨਾਲ ਹੋਊਗੀ ਜਦ ਇਹ ਜਿਹੜਾ ਧਰਵਾਸ ਸਗਾ ਧੰਗੁਰ ਨਾਨਕ ਸਾਹਿਬ ਮਹਾਰਾਜ ਨੇ ਉਸ ਗੋਰਖ ਮੰਡਲੀ ਨੂੰ ਦਿੱਤਾ ਸਗਾ ਤੇ ਸਾਰੇ ਜਿੰਨੇ ਜਿਹੜੇ ਸੀ ਜੋਗੀ ਉਹ ਅੰਦਰੋਂ ਬਹੁਤ ਪ੍ਰਸੰਨ ਹੋਏ ਸੀ ਕਿਉਂ ਕਿਉਂਕਿ ਉਹ ਆਪ ਉਹ ਤਾਬਲੇ ਸਗੇ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਸ਼ਕਤੀ ਹੈਗੀ ਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਤਾਕਤ ਹੈਗੀ ਆ ਉਹ ਖੰਡਾ ਬ੍ਰਹਮੰਡਾ ਅਨੰਤ ਜਗ੍ਹਾ ਜਿਹੜੀ ਹੈ ਸਰਬ ਵਿਆਪਕ ਹੈਗੀ ਆ ਤੇ ਅਸੀਂ ਉਸ ਲੋਕ ਨੂੰ ਦੇਖਣਾ ਚਾਹੁੰਦੇ ਆ ਤੇ ਜਾਣਨਾ ਚਾਹੁੰਦੇ ਆ ਕਿ ਉਹ ਕਿਹੋ ਜਿਹਾ ਲੋਕ ਹੈ ਤੇ ਉਹ ਕਿਹੋ ਜਿਹੀ ਲੜਕੀ ਹੈ ਜੇਦੀ ਸ਼ਾਦੀ ਰਾਜੇ ਭਰਤੀ ਦੇ ਨਾਲ ਉਸ ਲੋਕ ਦੇ ਵਿੱਚ ਤੈਅ ਹੋਣੀ ਹੈ ਦੇਖੋ ਜਦ ਇਹ ਸਾਰੀ ਗੱਲ ਇੱਧਰ ਸਮਾਪਤ ਹੋਈ ਫਿਰ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ 33 ਕਰੋੜ ਦੇਵੀ ਦੇਵਤਿਆਂ ਜਿਹੜੀ ਆਵਾਜ਼ ਮਾਰੀ ਕਿ ਕੱਲ੍ਹ ਭਾਈ ਰਾਜੇ ਪਰਸਰ ਦੀ ਸ਼ਾਦੀ ਆ ਸਾਰਿਆਂ ਨੇ ਵੀ ਜਿੰਨਾ ਹੋ ਸਕੇ ਬੱਦ-ਬੱਦ ਬਰਾਤ ਦੇ ਵਿੱਚ ਸ਼ਾਮਲ ਹੋਣਾ ਹੈਗਾ ਦੇਖੋ ਜਦ ਦੇਵਤਿਆਂ ਤੱਕ ਇਹ ਜਿਹੜੀ ਆਵਾਜ਼ ਸੀ ਪਹੁੰਚੀ ਆ ਸਾਰੇ ਦੇਵਤਿਆਂ ਨੇ ਜਿਹੜੀ ਸੀ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਜਿਹੜੀ ਸੀਗੀ ਉਹ ਭਾਵਨਾ ਦੇ ਨਾਲ ਬੇਨਤੀ ਕੀਤੀ ਕਿ ਅਸੀਂ ਆਪ ਜੀ ਦੀ ਬਰਾਤ ਦੇ ਵਿੱਚ ਜਰੂਰ ਸ਼ਾਮਲ ਹੋਵਾਂਗੇ ਦੇਖੋ ਉਧਰ ਜਿਹੜੀ ਲੜਕੀ ਉਸ ਲੋਕ ਦੇ ਵਿੱਚ ਸੀ ਉਹ ਲੜਕੀ ਨੂੰ ਵੀ ਪਤਾ ਲੱਗ ਗਿਆ ਕਿ ਮੇਰਾ ਰਾਜਾ ਪਰਥੀ ਦੀ ਨਾਲ ਕੱਲ੍ਹ ਸ਼ਾਦੀ ਹੈ ਤੇ ਉਧਰ ਵੀ ਵਿਆਹ ਦੀ ਪੂਰੀ ਤਿਆਰੀ ਹੋ ਗਈ ਪਰ ਲੜਕੀ ਦੇ ਮਨ ਦੇ ਵਿੱਚ ਇੱਕ ਸ਼ੰਕਾ ਸੀ ਉਹ ਇਹ ਸੀ ਕਿ ਰਾਜਾ ਪਰਥਰੀ ਤਾਂ ਉਸ ਮਾਤ ਲੋਕ ਦੇ ਵਿੱਚ ਰਹਿੰਦਾ ਹੈਗਾ ਤੇ ਮੇਰਾ ਜਨਮ ਇਸ ਲੋਕ 'ਚ ਹੋਇਆ ਸਾਡਾ ਮਿਲਣ ਜਿਹੜਾ ਹੈਗਾ ਉਹ ਕਿ ਮੇ ਹੋ ਸਕਦਾ ਹੈ ਕਿਉਂ ਕਿ ਜਿਹੜਾ ਮੇਰਾ ਬਚਨ ਹੈ ਰਾਜੇ ਭਰਤਰੀ ਦੇ ਨਾਲ ਕਿ ਉਹਨੇ ਅਗਰ ਮੇਰੇ ਨiyet ਸਮੇਂ ਦੇ ਵਿੱਚ ਸ਼ਾਦੀ ਨਹੀਂ ਕੀਤੀ ਤੇ ਫਿਰ ਰਾਜੇ ਭਰਤਰੀ ਦੀ ਜਿੰਨੀ ਜਿਹੜੀ ਤਪੱਸਿਆ ਹੈਗੀ ساری ਉਮਰ ਦੀ ਕੀਤੀ ਕਰਾਈ ਨਸਫਲ ਚਲੀ ਜਾਊਗੀ ਪਰ ਉਸ ਲੜਕੀ ਦੇ ਮਨ ਦੇ ਵਿੱਚ ਜਦ ਇਹ ਵਿਚਾਰ ਬਾਰ-ਬਾਰ ਉੱਠ ਰਹੇ ਸੀ ਤਾਂ ਉਹ ਇਹਨਾਂ ਵਿਚਾਰਾ ਨੂੰ ਅੰਦਰ ਅਨੁਭਵ ਕਰ ਕਰਕੇ ਬਹੁਤ ਪੀੜਿਤ ਹੋ ਰਹੀ ਸੀ ਬਹੁਤ ਦੁਖੀ ਹੋ ਰਹੀ ਸੀ ਪਰ ਇਹ ਜਿਹੜੀ ਖਬਰ ਸੀ ਉਸ ਲੜਕੀ ਨੇ ਆਪਣੇ ਪਿਤਾ ਨੂੰ ਤੇ ਬਾਕੀ ਨੂੰ ਦੱਸੀ ਸੀ ਤੇ ਉਹਦੇ ਪਿਤਾ ਨੇ ਵਿਆਹ ਦੀ ਪਮੰਦ ਰਖਾਤੇ ਪੂਰੀ ਤਿਆਰੀ ਕੀਤੀ ਸੀ ਪਰ ਨਾਲ ਲੜਕੀ ਨੂੰ ਆਖਿਆ ਸੀਗਾ ਕਿ ਇਹ ਜਿਹੜਾ ਹਨਾ ਕੰਮਕਾਰ ਹੈ ਜੋ ਸ਼ਾਦੀ ਦਾ ਸਾਰਾ ਕਾਰਜ ਹੈਗਾ ਇਹ ਅਸੰਭਵ ਲੱਗਦਾ ਹੈ ਕਿਉਂਕਿ ਐਡੇ ਵੱਡੇ ਲੋਕ ਤੋਂ ਸਾਡੇ ਲੋਕ ਤੱਕ ਪਹੁੰਚਣਾ ਜਿਹੜਾ ਹੈਗਾ ਉਹ ਆਮ ਮਨੁੱਖ ਦਾ ਜਾਂ ਕਿਸੇ ਵੱਡੇ ਤੋਂ ਵੱਡੇ ਸਿੱਧਪੁਰਖ ਦਾ ਵੀ ਕੰਮ ਜਿਹੜਾ ਹੈਗਾ ਉਹ ਨਹੀਂ ਹੋ ਸਕਦਾ ਜਦ ਇਸ ਤਰ੍ਹਾਂ ਦੀ ਵਿਚਾਰ ਲੜਕੀ ਦੇ ਪਿਤਰ ਨੇ ਵੀ ਦੱਸੀ ਸੀ ਤੇ ਫਿਰ ਲੜਕੇ ਨੇ ਕਿਹਾ ਸੀਗਾ ਕਿ ਚਾਹੇ ਉਹ ਸਾਡੇ ਲੋਕ ਦੇ ਵਿੱਚ ਸ਼ਾਦੀ ਕਰਨ ਆਉਣ ਚਾਹੇ ਨਾ ਆਉਣ ਪਰ ਸਾਨੂੰ ਆਪਣੀ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਤੇ ਆਪਣਾ ਜਿਹੜਾ ਕਾਲ ਬਚਨ ਹੈਗਾ ਉਹਦਾ ਇੰਤਜ਼ਾਰ ਕਰਕੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਦੇਖੋ ਜਦ ਅਗਲਾ ਦਿਨ ਸ਼ਾਦੀ ਦਾ ਨiyet ਹੋਇਆ ਉਹ ਲੜਕੀ ਜਿਹੜੀ ਸੀਗੀ ਸਜ ਧਜ ਕੇ ਆਪਣੇ ਮਹਿਲ ਦੇ ਉੱਤੇ ਆਪਣੇ ਸਖੀਆਂ ਦੇ ਨਾਲ ਰਾਜੇ ਭਰਤਰੀ ਦੇ ਇੰਤਜ਼ਾਰ ਦੇ ਵਿੱਚ ਖੜ ਗਈ ਸੀ ਤੇ ਇਧਰੋਂ ਦੇਖੋ 33 ਕਰੋੜ ਦੇ ਵੀ ਦੇਵਤਾ ਜਦ ਹਾਜ਼ਰ ਹੋਇਆ ਤੇ ਇਹਦੇ ਵਿੱਚ ਧਰਨ ਗੁਰੂ ਨਾਨਕ ਸਾਹਿਬ ਮਹਾਰਾਜ ਬਾਲਾ ਮਰਦਾਨਾ ਰਾਜੇ ਭਰਤਰੀ ਨੂੰ ਲੈ ਕੇ ਅੱਖ ਦੇ ਫੋਰ ਦੇ ਵਿੱਚ ਉਸ ਲੋਕ ਦੇ ਵਿੱਚ ਪਹੁੰਚ ਗਏ ਜਦ ਉਸ ਲੋਕ ਤੇ ਪਹੁੰਚ ਪਹੁੰਚੇ ਆ ਤੇ ਉੱਥੇ ਪਹੁੰਚਦੇ ਅਨਸਾਰ ਦੀ ਜਿਹੜੇ ਸੀਗੇ ਉਹ ਧਰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਹਿਣ ਦੇ ਉੱਤੇ ਫਿਰ ਬਾਜੇ ਢੋਲ ਗਿਆ ਨਗਾਰੇ ਜਦ ਸ਼ਾਦੀ ਦੇ ਵੱਜਣ ਲੱਗੇ ਤੇ ਇਹ ਜਿਹੜੀ ਆਵਾਜ਼ ਸੀ ਜਾਦ ਉਸ ਲੜਕੀ ਦੇ ਮਹਿਲਾਂ ਤੱਕ ਪਹੁੰਚੀ ਸੀ ਤੋ ਲੜਕੀ ਹੈਰਾਨ ਹੋ ਗਈ ਕਿ ਐਨੀ ਭਾਰੀ ਆਵਾਜ਼ ਢੋਲ ਢਮਕੀਆਂ ਦੀ ਇਹ ਕਿੱਥੋਂ ਆ ਰਹੀ ਆ ਤੇ ਰਾਜੇ ਨੇ ਵੀ ਸੁਣੀ ਰਾਣੀ ਨੇ ਵੀ ਸੁਣੀ ਸਖੀਆਂ ਨੇ ਵੀ ਸੁਣੀ ਪੂਰੇ ਉਸ ਰਾਜ ਮਹਿਲ ਦੇ ਵਿੱਚ ਇਹ ਗੱਲ ਦਾ ਜਿਹੜਾ ਸਗਾ ਰੋਲਾ ਪੈ ਗਿਆ ਕਿ ਉਹ ਜਿਹੜਾ ਬਰਾਤ ਹੈਗੀ ਆ ਇਸ ਲੜਕੀ ਨੂੰ ਵਿਆਹਣ ਵਾਸਤੇ ਆਉਣੀ ਰਾਜੇ ਪਰਥਰੀ ਦੀ ਉਹ ਬਰਾਤ ਜਿਹੜੀ ਹੈਗਾ ਸਾਡੇ ਲੋਕ ਤੇ ਪਹੁੰਚ ਗਈ ਹੈ ਪਰ ਜਦ ਇਹ ਗੱਲ ਹੋਈ ਸੀ ਪਰ ਉਹ ਲੜਕੀ ਜਿਹੜੀ ਸੀ ਮਨ ਚ ਸੋਚ ਰਹੀ ਸੀਗੀ ਕਿ ਰਾਜੇ ਪਰਥੀ ਦਾ ਜਨਮ ਤਾਂ ਜਿਹੜਾ ਹੈ ਕਹਿੰਦੇ ਉਹ ਮਾਤ ਲੋਕ ਚ ਹੋਇਆ ਉਹ ਇੱਥੇ ਪਹੁੰਚ ਨਹੀਂ ਸਕਦਾ ਹੈ ਤੇ ਮੈਨੂੰ ਵਿਆਹਣ ਵਾਸਤੇ ਹੋ ਸਕਦਾ ਹੈਗਾ ਕਿ ਇਹ ਦੇਵਤਿਆਂ ਦਾ ਛਾਲ ਹੋਵੇ ਕੋਈ ਦੇਵਤਾ ਜਿਹੜਾ ਹਨਾ ਰਾਜੇ ਪਰਥੀ ਦਾ ਰੂਪ ਬਣਾ ਕੇ ਸਾਡੇ ਲੋਕ ਦੇ ਵਿੱਚ ਪਹੁੰਚ ਗਿਆ ਹੈਗਾ ਤੇ ਮੈਨੂੰ ਵਿਆਹਣ ਵਾਸਤੇ ਜਿਹੜਾ ਹੈਗਾ ਇਹ ਸਾਰਾ ਡਰਾਮਾ ਖੇਲ ਉਹਨੇ ਰਚਿਆ ਹੈਗਾ ਜਦ ਲੜਕੇ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਸ਼ਨ ਉੱਠੇ ਸੀ ਤੇ ਉਹਨੇ ਇਹ ਸਾਰੇ ਪ੍ਰਸ਼ਨਾਂ ਦੀ ਜਿਹੜੀ ਸਾਂਝ ਸੀ ਆਪਣੇ ਪਰਿਵਾਰ ਦੇ ਨਾਲ ਕੀਤੀ ਫਿਰ ਉਸ ਪਰਿਵਾਰ ਨੇ ਇੱਕ ਸਲਾਹ ਮਨਾਈ ਕਿ ਫਿਰ ਵੀ ਸਾਨੂੰ ਕਾੜੀ ਤੋਂ ਕੰਮ ਨਹੀਂ ਲੈਣਾ ਚਾਹੀਦਾ ਪਹਿਲਾਂ ਇਹਦੀ ਪਰਖ ਕਰਨੀ ਚਾਹੀਦੀ ਆ ਕਿ ਵਾਕੇ ਰਾਜਾ ਪਰਥਰੀਆ ਜਾਂ ਕਿਸੇ ਦੇਵੀ ਦੇਵਤੇ ਦਾ ਛਾੜ ਹੈਗਾ ਦੇਖੋ ਜਦ ਇੰਨੀ ਗੱਲ ਹੋਈ ਸੀ ਤੇ ਉਦੋਂ ਬਰਾਤ ਜਿਹੜੀ ਸੀ ਜਦ ਪੂਰੇ ਧੂਮ ਮਤੜਕੇ ਦੇ ਨਾਲ ਜਾਂਦ ਉਸ ਲੋਕ ਦੇ ਵਿੱਚ ਜਿਹੜੀ ਸੀ ਉਹ ਖੜੀ ਸੀਗੀ ਤਾਂ ਉਸ ਟਾਈਮ ਫਿਰ ਰਾਜੇ ਨੇ ਜਿਹੜਾ ਸਗਾ ਪੂਰੀ ਬਰਾਤ ਦੇ ਸਾਹਮਣੇ ਹੱਥ ਜੋੜ ਕੇ ਸਾਰੀ ਬਰਾਤ ਦਾ ਜਿਹੜਾ ਸਵਾਗਤ ਕੀਤਾ ਤੇ ਨਾਲ ਧੰਨ ਗੁਰਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਤੇ ਨਾਲ ਇਹ ਆਖਿਆ ਕਿ ਸਾਡੇ ਇੱਥੇ ਰਾਜ ਦੀ ਇੱਕ ਪਰੰਪਰਾ ਹੈ ਇੱਕ ਮਰਜ਼ਾਦਾ ਹੈ ਇੱਕ ਰੀਤੀ ਹੈ ਤੇ ਫਿਰ ਧੰਨ ਗੁਰਨਾਨਕ ਸਾਹਿਬ ਮਹਾਰਾਜ ਨੇ ਉਸ ਨੂੰ ਪੁੱਛਿਆ ਸੀਗਾ ਕਿ ਜਿਹੜੀ ਰੀਤੀ ਤੁਹਾਡੇ ਰਾਜ ਦੀ ਦੱਸੋ ਕੀ ਆ ਉਹਦੇ ਵਿੱਚ ਉਸ ਰਾਜ ਨੇ ਆਖਿਆ ਸੀਗਾ ਕਿ ਜਿਹੜਾ ਇੱਥੇ ਦਾ ਲਾੜਾ ਜੋ ਵਿਆਹਣ ਆਇਆ ਹੈਗਾ ਉਹ ਸਭ ਤੋਂ ਪਹਿਲਾਂ ਲੜਕੀ ਦੇ ਨਾਲ ਜਾ ਕੇ ਆਮੋ ਸਾਹਮਣੇ ਉਹਨਾਂ ਦੇ ਵਿੱਚ ਹੋ ਕੇ ਤੇ ਉਹ ਆਪਣੇ ਇੱਕ ਮਨ ਦੀ ਗੱਲ ਜਿਹੜੀ ਉਹ ਸਾਂਝੀ ਕਰਨਗੇ ਅਗਰ ਉਹਨਾਂ ਦੇ ਮਨ ਦੀ ਗੱਲ ਜਿਹੜੀ ਹੈ ਇੱਕ ਦੂਜੇ ਦੇ ਪ੍ਰਤੀ ਪੂਰੀ ਤਰ੍ਹਾਂ ਸਹੀ ਬੈਠੀ ਤਾਂ ਫਿਰ ਇਹ ਅਸੀਂ ਆਪਣੀ ਲੜਕੀ ਦਾ ਡੋਲਾ ਜਿਹੜਾ ਹੈਗਾ ਉਹ ਇਸ ਦੋਲੇ ਦੇ ਨਾਲ ਕਰਦੇ ਆਂਗੇ ਇਸ ਲਾੜੇ ਦੇ ਨਾਲ ਕਰਦੇ ਆਂਗੇ ਜਦ ਇੰਨੀ ਗੱਲ ਹੋਈ ਤਾਂ ਧੰਨ ਗੁਰੂ ਨਾਨਕ ਸਾਹਿਬ ਅਰਜ ਹੱਸ ਕੇ ਕਹਿਣ ਲੱਗੇ ਕਿ ਜਿਵੇਂ ਆਪ ਦੀ ਜਿਹੜੀ ਮौज ਹੈਗੀ ਜੋ ਆਪ ਦੀ ਰੀਤੀ ਹੈ ਤੁਸੀਂ ਇਹ ਰੀਤੀ ਬਿਲਕੁਲ ਨਿਸੰਗ ਹੋ ਕੇ ਕਰੋ ਉੱਥੇ ਦਾ ਰਾਜਾ ਜਿਹੜਾ ਸੀਗਾ ਜਿਹੜਾ ਲੜਕੀ ਦਾ ਪਿਤਾ ਸੀਗਾ ਉਹ ਰਾਜੇ ਭਰਤਰੀ ਜੋ ਉਹ ਉਹਨਾਂ ਟਾਈਮਾਂ ਦੇ ਵਿੱਚ ਉਸ ਲੋਕ ਦੇ ਵਿੱਚ ਬਰਾਤ ਲੈ ਕੇ ਪਹੁੰਚਿਆ ਸੀਗਾ ਮੁਖ ਦੁੱਲਾ ਜਦ ਉਹ ਜੜ ਲੜਕੀ ਦੇ ਕੋਲ ਪਹੁੰਚਿਆ ਤੇ ਲੜਕੀ ਨੇ ਜਦ ਰਾਜੇ ਭਰਤਰੀ ਨੂੰ ਦੇਖਿਆ ਤੇ ਦੇਖਦੇ ਸਾਰੇ ਨਾ ਮਨ ਵਿੱਚ ਪਹਿਲਾਂ ਤੋਂ ਬੜੀ ਪ੍ਰਸੰਨ ਹੋਈ ਕਿਉਂਕਿ ਰਾਜੇ ਭਰਤਰੀ ਦਾ ਜਿਹੜਾ ਰੂਪ ਸੀਗਾ ਬੜਾ ਸੁੰਦਰ ਸੀਗਾ ਉਸ ਤੋਂ ਬਾਅਦ ਉਹ ਲੜਕੀ ਨੇ ਮਨ ਦੇ ਵਿੱਚ ਇਹ ਸੋਚਿਆ ਵੀ ਹੋਵੇ ਨਾ ਕਿਤੇ ਕਿਸੇ ਦੇਵੀ ਦੇਵਤੇ ਦਾ ਛੜ ਨਾ ਹੋਵੇ ਇਸ ਕਰਕੇ ਉਸ ਲੜਕੀ ਨੇ ਰਾਜੇ ਪਰਥੀ ਨੂੰ ਆਖਿਆ ਕਿ ਤੈਨੂੰ ਜਾਣਦਾ ਹੈ ਕਿ ਆਪਣੇ ਪਿਛਲੇ ਜਨਮ ਦੇ ਵਿੱਚ ਆਪਾਂ ਇੱਕ ਦੂਜੇ ਨਾਲ ਕੌਲ ਕੀਤਾ ਸੀ ਵਚਨ ਕੀਤਾ ਸੀਗਾ ਤੇ ਇਸੇ ਵਚਨ ਦੇ ਸਦਕਾ ਜਿਹੜੀ ਆਪਣੀ ਸ਼ਾਦੀ ਹੋਣ ਲੱਗੀ ਆ ਪਰ ਇਸ ਵਚਨ ਦੇ ਵਿੱਚ ਆਪਾਂ ਦੋਨਾਂ ਨੇ ਇੱਕ ਮੁੰਦਰੀ ਬਟਾਈ ਸੀ ਤੇ ਇੱਕ ਜਿਹੜੀ ਮੁੰਦਰੀ ਮੇਰੀ ਸੀ ਉਹ ਮੈਂ ਤੈਨੂੰ ਦੇ ਦਿੱਤੀ ਸੀ ਜਿਹੜੀ ਤੇਰੀ ਮੁੰਦਰੀ ਸੀ ਤੂੰ ਮੈਨੂੰ ਦੇ ਦਿੱਤੀ ਸੀ ਅਗਰ ਆਪਣੀਆਂ ਦੋਨਾਂ ਦੀਆਂ ਮੁੰਦਰੀਆਂ ਇੱਕ ਦੂਜੇ ਦੇ ਨਾਲ ਰਲ ਗਈਆਂ ਤੇ ਫਿਰ ਆਪਾਂ ਜਿਹੜੇ ਹੈਗੇ ਆ ਇੱਕ ਦੂਜੇ ਦੇ ਪ੍ਰਤੀ ਸਦਾ ਹੀ ਜਿਹੜੇ ਹੈ ਪਤਰੀ ਪਤਨੀ ਦੇ ਰੂਪ ਦੇ ਵਿੱਚ ਵਫਾਦਾਰ ਰਹਾਂਗੇ ਜਦ ਇਹ ਗੱਲ ਹੋਈ ਤਾਂ ਰਾਜੇ ਪਰਥਵੀ ਨੇ ਕੀ ਕੀਤਾ ਆਪਣੀ ਜਿਹੜੀ ਉਂਗਲ ਦੇ ਵਿੱਚ ਮੁੰਦੀ ਪਾਈ ਸੀ ਦੁਰਲੱਭ ਮੁੰਦੀ ਸੀ ਰਾਜੇ ਪਰਥਵੀ ਦੇ ਕੋਲ ਉਹ ਮੁੰਦੀ ਜਿਹੜੀ ਸੀਗੀ ਫਿਰ ਰਾਜੇ ਪਰਥਵੀ ਨੇ ਜਦ ਅੱਗੇ ਕੀਤੀ ਤਾਂ ਉਸ ਲੜਕੀ ਨੇ ਵੀ ਆਪਣੀ ਜਿਹੜੀ ਉਂਗਲ 'ਚ ਮੁੰਦੀ ਪਾਈ ਸੀ ਜਦ ਅੱਗੇ ਕੀਤੀ ਜਦ ਦੋਨਾਂ ਮੁੰਦਿਆਂ ਨੂੰ ਇੱਕ ਦੂਜੇ ਨਾਲ ਮੈਚ ਕੀਤਾ ਤੇ ਦੋਨੇ ਮੁੱਦੀਆਂ ਜਿਹੜੀਆਂ ਸੀਗੀਆਂ ਆਪਸ ਵਿੱਚ ਜਗੜ ਲੱਗ ਪਈਆਂ ਸੀਗੀਆਂ ਪ੍ਰਕਾਸ਼ ਨਾ ਪਰ ਗਈਆਂ ਸੀ ਇਹਦਾ ਮਤਲਬ ਕੀ ਸੀਗਾ ਇਹਦਾ ਮਤਲਬ ਇਹੋ ਸੀ ਕਿ ਇਹ ਜਿਹੜਾ ਲੜੜਾ ਹੈਗਾ ਇਹ ਕਿਸੇ ਦੇਵੀ ਦੇਵਤੇ ਦਾ ਛਾਲ ਨਹੀਂ ਇਹ ਝੂਠਾ ਨਹੀਂ ਇਹ ਅਸਲੀ ਰਾਜਾ ਪਰਥਰੀ ਹੈ ਫਿਰ ਉਹ ਦੇਖੋ ਲੜਕੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੇ ਤੋਂਨੇ ਆਪਣੇ ਪਿਤਾ ਜੀ ਨੂੰ ਜਿਹੜੀ ਦੱਸ ਦਿੱਤਾ ਕਿ ਇਹੋ ਹੀ ਮੇਰਾ ਪਤੀ ਹੈ ਤੇ ਇਹ ਵਾਕਿਆ ਹੀ ਜਿਹੜੇ ਸਾਡੇ ਲੋਕ ਦੇ ਵਿੱਚ ਪਹੁੰਚ ਗਿਆ ਫਿਰ ਉਹਦੇ ਪਿਤਾ ਨੇ ਪੁੱਛਿਆ ਸਿਕਾ ਕਿ ਤੁਸੀਂ ਲੋਕ ਦੇ ਵਿੱਚ ਕਿ ਸਰਮ ਪਹੁੰਚੇ ਆ ਫਿਰ ਰਾਜੇ ਭਰਤਰੀ ਨੇ ਜਿਹੜਾ ਸਿਕਾ ਆਪਣੇ ਉਸ ਸੋਹਰੇ ਪਰਵਾਜ਼ ਤੇ ਦੱਸਿਆ ਸਿਕਾ ਕਿ ਮੇਰੀ ਜਿਹੜੀ ਤਾਕਤ ਹੈ ਜਾਂ ਸਾਡੇ ਚੇਲਿਆਂ ਦੀ ਜਾਂ ਨਾਥਾਂ ਦੀ ਜਾਂ ਗੋਰਖਨਾਥ ਦੀ ਮੈਨੂੰ ਇੱਥੇ ਲਿਆਉਣ ਦੇ ਵਿੱਚ ਅਸਫਲ ਹੈ ਮੈਨੂੰ ਇਸ ਲੋਕ ਦੇ ਵਿੱਚ ਅਰ ਕੋ ਲੈ ਕੇ ਆ ਰਿਹਾ ਜਾਂ ਤੋ ਇੱਕੋ ਇੱਕ ਹੈ ਆਪ ਧੰਨ ਗੁਰੂ ਨਾਨਕ ਜੋਗ ਨਿਰੰਕਾਰ ਹੈ ਜਦ ਨਾਨਕ ਨਰੰਕਾਰ ਦਾ ਰਾਜੇ ਪਰਥੀ ਨੇ ਨਾਂ ਲਿਆ ਸਗਾ ਤਾਂ ਫਿਰ ਉਹ ਸਾਰਾ ਪਰਿਵਾਰ ਜਿਹੜਾ ਸਗਾ ਤੁਹਾਨੂੰ ਗੁਰਨਾਨਕ ਸਾਹਿਬ ਮਹਾਰਾ ਦੇ ਚਰਨਾ ਦੇ ਵਿੱਚ ਜਿਹੜਾ ਸਗਾ ਉਹ ਪੂਰੀ ਸ਼ਰਧਾ ਨਾਲ ਜੁੜ ਗਿਆ ਸਗਾ ਫਿਰ ਦੇਖੋ ਇਹ ਜਿਹੜਾ ਫਿਰ ਵਿਆਹ ਸਗਾ ਉਹ ਉਸ ਲੋਕ ਦੇ ਵਿੱਚ ਸੰਪੂਰਨ ਹੋਇਆ ਜਦ ਵਿਆਹ ਪੂਰਾ ਹੋ ਗਿਆ ਉਸ ਵਿਆਹ ਤੋਂ ਬਾਅਦ ਫਿਰ ਆ ਜਾ ਜਿਹੜਾ ਪਥਰੀ ਸਗਾ ਉਹਦਾ ਫਿਰ ਇਸ ਮਨੁੱਖ ਲੋਕ ਦੇ ਵਿੱਚ ਜਿਹੜਾ ਆਉਣਾ ਬੜਾ ਜ਼ਰੂਰੀ ਸਗਾ ਫੇ ਧੰਨ ਗੁਰਨਾਨਕ ਸਾਹਿਬ ਅਰਜ ਨੇ ਕਿਹਾ ਵੀ ਸਾਰੇ ਜਿਹੜੇ ਹੈਗੇ ਆ ਵਿਆਹ ਸੰਪੂਰਨ ਹੋ ਗਿਆ ਹੁਣ ਵਾਪਸੀ ਵਾਸਤੇ ਆਪੋ ਆਪਣੇ ਟਿਕਾਣੇ ਤੇ ਸਾਰੀ ਬਰਾਤ ਚਲੀ ਜਾਵੇ ਦੇਖੋ ਜਿਹੜਾ ਦੇਵ ਲੋਕ ਸਿਗਾ ਉਹ ਆਪਣੇ ਲੋਕਾਂ ਨੂੰ ਟਿਕਾਣਿਆਂ ਨੂੰ ਚਲਾ ਗਿਆ ਤੇ ਜਿਹੜੇ ਯੋਗੀ ਸਿਗੇ ਗੋਰਖਨਾਥ ਤੇ ਚੇਲੇ ਨਾਥ ਜਿਹੜੇ ਸਿਗੇ ਬਾਬੇ ਨਾਨਕ ਨੇ ਜਿਹੜੇ ਸਿਗੇ ਉਹ ਇਸ ਮਾਤ ਲੋਕ ਦੇ ਵਿੱਚ ਭੇਜ ਦਿੱਤੇ ਤੇ ਕੇਵਲ ਧੰਨ ਗੁਰਨਾਨਕ ਸਾਹਿਬ ਮਾਰੇ ਬਾਲਾ ਤੇ ਮਰਦਾਨਾ ਜਿਹੜੇ ਸੀ ਉਹ ਰਹਿ ਗਏ ਜਾਦ ਅੋਰ ਆ ਗਿਆ ਤੇ ਉਥੇ ਦੇ ਜਿਹੜੇ ਲੋਕੀ ਸੀਗੇ ਜਿਹੜੇ ਧੰਗ ਗੁਰਨਾਕ ਸਮਰ ਦੇ ਦਰਸ਼ਨ ਕਰਨ ਆਏ ਸੀ ਉਹਨਾਂ ਨੇ ਬਾਬੇ ਨੂੰ ਆਖਿਆ ਸੀਗਾ ਕਿ ਤੁਸੀਂ ਕੋਚ ਕਰ ਇੱਥੇ ਜਿਹੜੇ ਹੈਗੇ ਸਾਡੇ ਲੋਕ ਦੇ ਵਿੱਚ ਰੁਕ ਕੇ ਹਨ ਸਾਨੂੰ ਆਪਣੇ ਦਰਸ਼ਨਾਂ ਦੇ ਨਾਲ ਨਿਹਾਲ ਕਰੋ ਫਿਰ ਧੰਗ ਗੁਰਨਾਕ ਸਮਰ ਨੇ ਆਖਿਆ ਸੀਗਾ ਵੀ ਜਿੱਥੇ ਕਰਤਾਰ ਦੀ ਰਾਜਾ ਹੋਵੇ ਜਿੱਥੇ ਉਹਦਾ ਹੁਕਮ ਹੋਵੇ ਹਨ ਸਾਨੂੰ ਉੱਥੇ ਜਾਣਾ ਪੈਂਦਾ ਹੈਗਾ ਜਦ ਇਹ ਗੱਲਬਾਤ ਜਿਹੜੀ ਸੀ ਤਨ ਬਾਬੇ ਨਾਨਕ ਨੇ ਜਿਹੜੀ ਸੀ ਇਹਨਾਂ ਲੋਕਾਂ ਦੇ ਸਾਰੇ ਇਕੱਠ ਦੇ ਵਿੱਚ ਕਹੀ ਸੀ ਤਾਂ ਫਿਰ ਉਸ ਰਾਜੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾਣ ਸਮੇਂ ਬਹੁਤ ਸਾਰੀਆਂ ਸਗਾਤਾਂ ਭੇਟ ਕੀਤੀਆਂ ਜਦ ਹੀਰੇ ਜਵਾਰ ਦੇ ਢੇਰ ਲਾਏ ਤਾਂ ਤਨ ਬਾਬੇ ਨਾਨਕ ਨੇ ਇਹ ਗੱਲ ਆਖੀ ਕਿ ਸਾਨੂੰ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਆ ਪਰ ਦੇਖੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਹੈਗੇ ਉਹ ਵੀ ਭਾਈ ਵਾਲੇ ਵਿੱਚ ਤੇ ਭਾਈ ਮਰਦਾਨੇ ਵਿੱਚ ਆਪ ਹੀ ਵਰਤਦੇ ਆ ਤੇ ਭਾਈ ਵਾਲੇ ਜਿਹਦੇ ਜਨਮ ਸਾਖੀ ਦੇ ਵਿੱਚ ਜਾਨੀ ਕਿ ਇਹ ਗੱਲ ਜਿਹੜੀ ਪ੍ਰਤੱਖ ਤੌਰ ਦੇ ਉੱਤੇ ਪੁਰਾਤਨ ਜਨਮ ਸਾਖੀਆਂ ਚ ਮਿਲਦੀ ਆ ਕਿ ਉਸ ਟਾਈਮ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ ਧੰਗ ਗੁਰਨਾਨਕ ਸਾਹਿਬ ਮਹਾਰਾਜ ਜਿਹੜੇ ਜਦੋਂ ਮਰਦਾਨੇ ਦੇ ਵਿੱਚ ਵਰਤੇ ਆ ਤੇ ਉਹਦੇ ਵਿੱਚ ਭਾਈ ਮਰਦਾਨੇ ਨੇ ਆਪਣਾ ਜਿਹੜਾ ਲੋਭ ਦਾ ਰੂਪ ਦਿਖਾ ਲਿਆ ਥੋੜਾ ਜਿਹਾ ਉਹ ਵੀ ਬੜਾ ਨਾ ਬਲਖਣ ਹੈਗਾ ਉਹਦੇ ਵਿੱਚ ਭਾਈ ਮਰਦਾਨਾ ਜੀ ਜਾਨੀ ਇਹ ਕਹਿੰਦੇ ਆ ਕਿ ਤੁਸੀਂ ਜਿਹੜਾ ਇਹ ਤੁਹਾਨੂੰ ਭੇਟਾ ਦੇ ਰਿਹਾ ਇਸ ਦਾ ਥੋੜਾ ਹਿੱਸਾ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਭਾਬੇ ਨਾਨਕ ਨੂੰ ਕਹਿ ਰਿਹਾ ਧੰਨ ਭਾਈ ਬਾਲਾ ਜੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਿਹਾ ਕਿ ਸਾਨੂੰ ਇਹਦੀ ਕੋਈ ਲੋੜ ਨਹੀਂ ਹੈ ਆਪਾਂ ਇਹ ਕੀ ਕਰਨਾ ਹੈ ਪਰ ਭਾਈ ਮਰਦਾਨਾ ਜੀ ਕਹਿ ਰਿਹਾ ਕਿ ਅਗਰ ਕੋਈ ਪ੍ਰੇਮ ਨਾਲ ਚੀਜ਼ ਦੇ ਰਿਹਾ ਹੈਗਾ ਤੁਸੀਂ ਆਪੇ ਤਾਂ ਆਖਿਆ ਸੀਗਾ ਕਿ ਕੋਈ ਪ੍ਰੇਮ ਨਾਲ ਜ਼ਹਿਰ ਵੀ ਦਵੇ ਤਾਂ ਫਿਰ ਉਹਨੂੰ ਖਾਣ 'ਚ ਕੋਈ ਸੰਕੋਚ ਨਹੀਂ ਹੈ ਇਹ ਤਾਂ ਪ੍ਰੇਮ ਨਾਲ ਹੀਰੇ ਦੇ ਰੇ ਤੇ ਇਹਨੂੰ ਜ਼ਰੂਰ ਲੈ ਲੈਣੇ ਚਾਹੀਦੇ ਆ ਪਰ ਇਹ ਸੋਚ ਕੇ ਬਾਬੇ ਨਾਨਕ ਨੇ ਮੁਸਕਰਾ ਕੇ ਜਿਹੜਾ ਸੀਗਾ ਉਹ ਭਾਈ ਮਰਦਾਨੇ ਭਾਲ ਦੇਖ ਕੇ ਤਾਂ ਚੁੱਪ ਕਰ ਗਏ ਜਦ ਚੁੱਪ ਕਰ ਗਏ ਤੇ ਪਰ ਉਹ ਜਿਹੜੇ ਦੂਸਰੇ ਸਾਰੀਆਂ ਸੰਗਤਾਂ ਸਿੰਘਾਂ ਉਸ ਲੋਕ ਦੀਆਂ ਉਹ ਧੰਨ ਗੁਰੂ ਨਾਨਕ ਸਾਹਿਬ ਦੀ ਜੈ ਜੈ ਕਰਨ ਲੱਪ ਪਈਆਂ ਤੇ ਬਾਬੇ ਨਾਨਕ ਨੇ ਆਪਣਾ ਧਿਆਨ ਜਿਹੜਾ ਸੀਗਾ ਇਹ ਇਹਨਾਂ ਤੋਂ ਹਟਾ ਕੇ ਜਦ ਉਹ ਸੰਗਤ ਵੱਲ ਕੀਤਾ ਤਾਂ ਭਾਈ ਮਰਦਾਨਾ ਜੀ ਨੇ ਜਿਹੜਾ ਸੀਗਾ ਵਕਤ ਵਿਚਾਰ ਕੇ ਕੁਝ ਮੁੱਠਾਂ ਜੜੀਆਂ ਸੀ ਕਹਿੰਦੇ ਵੀ ਆਪਣੇ ਰਵਾਬ ਦੇ ਵਿੱਚ ਪਾਈਆਂ ਜਾ ਦੇ ਹੀਰੇ ਜਵਾਰ ਦੀਆਂ ਮੁਠਾਂ ਨवाब ਦੇ ਵਿੱਚ ਪਾਈਆਂ ਤੇ ਫਿਰ ਉਸ ਤੋਂ ਬਾਅਦ ਜਦ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਚਲ ਤੁਰਨ ਲੱਗੇ ਤਾਂ ਫਿਰ ਭਾਈ ਮਰਦਾਨਾ ਜੀ ਆਖਣ ਲੱਗੇ ਕਹਿਣ ਲੱਗੇ ਕਿ ਬਾਬਾ ਆਪਾਂ ਹੁਣ ਕਰਦੇ ਹਾਂ ਕਿ ਇਸ ਸ਼ਲੋਕ ਤੋਂ ਹਨ ਆਪਣੇ ਲੋਕ ਨੂੰ ਚਲੇ ਚੱਲਦੇ ਹਾਂ ਤੇ ਮੈਂ ਹਨ ਅੱਖਾਂ ਮੀਟ ਕੇ ਜਿਹੜਾ ਹੈਗਾ ਉਹ ਪਹਿਲਾਂ ਹੀ ਬੈਠ ਜਾਂਦਾ ਹੈ ਜਦ ਇਹ ਨਹੀਂ ਗੱਲ ਹੋਈ ਤਾਂ ਭਾਈ ਮਰਦਾਨੇ ਜੀ ਨੇ ਅੱਖਾਂ ਮੀਟੀਆਂ ਤੇ ਪਰ ਗੁਰੂ ਨਾਨਕ ਸਾਹਿਬ ਮਰਦੇ ਕਹਿਣ ਲੱਗੇ ਕਹਿੰਦੇ ਭਾਈ ਅੱਜ ਆਪਾਂ ਆਪਣੇ ਲੋਕ ਨੂੰ ਅੱਖਾਂ ਮੀਟ ਕੇ ਨਹੀਂ ਜਾਣਾ ਅੱਜ ਆਪਾਂ ਆਪਣੇ ਲੋਕ ਨੂੰ ਸਵਾਰੀ ਕਰਕੇ ਜਾਣਾ ਹੈ ਜਦ ਇਹ ਜਿਹੜਾ ਨਵਾਂ ਫੈਸਲਾ ਸੀ ਬਾਬੇ ਨਾਨਕ ਨੇ ਭਾਈ ਮਰਦਾਨੇ ਜੀ ਨੂੰ ਸੁਣਾਇਆ ਤੇ ਭਾਈ ਮਰਦਾਨਾ ਜੀ ਜਿਹੜੇ ਸੁਣ ਕੇ ਬੜੇ ਸ਼ਰਜ ਹੋਏ ਔਰ ਕਹਿਣ ਲੱਗੇ ਕਿ ਇਹ ਜਿਹੜਾ ਸਵਾਰੀ ਕਰਕੇ ਜਾਣਾ ਹੈਗਾ ਕਿਸ ਦੀ ਸਵਾਰੀ ਕਰਾਂਗੇ ਕਿਉਂਕਿ ਦੇਵ ਲੋਕ ਤਾਂ ਸਾਰਾ ਆਪਣੇ ਲੋਕ ਨੂੰ ਮੁੜ ਗਿਆ ਹੈਗਾ ਤੇ ਜਿੰਨੇ ਵੀ ਗੋਰਖਨਾਥ ਹੈਗੇ ਆ ਬਾਕੀ ਭਰਤਰੀ ਹੈਗਾ ਉਹ ਸਾਰੀ ਜਿਹੜੀ ਬਰਾਤ ਹੈਗੇ ਉਹ ਆਪੋ ਆਪਣੇ ਮੰਡਲਾ ਸਾਰਿਆਂ ਨੂੰ ਵਾਪਸ ਚੱਲ ਗਈ ਆ ਆਪਾਂ ਸਵਾਰੀ ਕਿਹਦੀ ਕਰਨੀ ਆ ਫਿਰ ਧੰਗ ਗੁਰਨਾਨਕ ਸਾਹਿਬ ਨੇ ਆਖਿਆ ਸੀ ਕਿੰਦੇ ਵੀ ਆਪ ਮੈਂ ਸਵਾਰੀ ਜਣੀ ਆਪਣੇ ਪਉਏ ਦੀ ਜਿਹੜਾ ਜੋੜਾ ਹੈਗਾ ਉਹ ਤੇ ਸਵਾਰ ਹੋਊਗਾ ਤੇ ਭਾਈ ਵਾਲਾ ਜੀ ਜਿਹੜੇ ਹੈਗੇ ਉਹ ਮੋਰ ਪੰਖ ਤੇ ਸਵਾਰ ਹੋਣਗੇ ਤੇ ਮਰਦਾਨਾ ਜੀ ਤੁਸੀਂ ਹਨ ਰਵਾਵ ਤੇ ਸਵਾਰ ਹੋਗੇ ਇਸ ਤਰ੍ਹਾਂ ਸੀ ਆਪਣੇ ਜਿਹੜੇ ਹੈ ਲੋਕ ਦੇ ਵਿੱਚ ਚਲਾਂਗੇ ਦੇਖੋ ਅਚਰਜ ਖੇਡ ਹੈਗਾ ਬਾਬੇ ਨਾਨਕ ਦਾ ਅਚਰਜ ਲੀਲਾ ਹੈਗੀ ਆ ਇੱਕ ਸੰਸਾਰ ਨੂੰ ਪੈਗਾਮ ਦੇਣਾ ਹੈਗਾ ਇਹ ਪੈਗਾਮ ਜਿਹੜਾ ਐਸੇ ਢੰਗ ਨਾਲ ਦਿੱਤਾ ਜਾਂਦਾ ਹੈਗਾ ਕਿ ਜਿਸ ਨੂੰ ਸਿੱਖਿਆ ਨੂੰ ਸੁਣ ਕੇ ਜਿਹੜਾ ਹਰੇਕ ਸਿੱਖ ਜਦ ਇਸ ਨੂੰ ਕਮਾਏਗਾ ਤਾਂ ਧੰਨ ਗੁਰਨਾਨਕ ਸਾਹਿਬ ਮਾਰੇ ਦੀ ਜੈ ਜੈਕਾਰ ਸਮੇਂ ਜਿਹੜਾ ਹੈਗਾ ਮਨ ਦੇ ਵਿੱਚ ਅਛਾਸ਼ ਕਰ ਉੱਠੇਗਾ ਦੇਖੋ ਜਦੋਂ ਧੰਗੁਰ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੋ ਜੋੜਾ ਪਾਇਆ ਸਗਾਉ ਨੂੰ ਦੇਸ਼ ਦਿੱਤਾ ਵਿੱਚ ਚਲੋ ਤਾਂ ਧੰਗੁਰ ਨਾਨਕ ਸਾਹਿਬ ਮਹਾਰਾਜ ਹਵਾ ਦੇ ਵਿੱਚ ਜਿਹੜੇ ਸੀ ਜਦ ਥੋੜਾ ਉੜੇ ਆ ਤੇ ਇਸੇ ਤਰ੍ਹਾਂ ਭਾਈ ਬਾਲਾ ਜੀ ਮੋਰ ਪੰਖ ਤੇ ਸਵਾਰ ਹੋਏ ਤਾਂ ਉਹ ਪੰਖ ਵੀ ਉੱਡ ਗਿਆ ਭਾਈ ਮਰਦਾਨੇ ਜੀ ਦਾ ਰਵਾਬ ਉਸ ਲੋਕ ਦੇ ਵਿੱਚੋਂ ਉਡੇ ਨਾ ਜਦ ਭਾਈ ਮਰਦਾਨੇ ਜੀ ਦਾ ਰਵਾਬ ਨਾ ਉਡੇ ਤਾਂ ਫਿਰ ਕਹਿੰਦੇ ਵੀ ਇਹ ਭਾਈ ਮਰਦਾਨੇ ਜੀ ਨੇ ਬਾਬੇ ਨੂੰ ਕਿਹਾ ਕਿ ਮੇਰਾ ਰਵਾਬ ਨਹੀਂ ਉੱਠਦਾ ਜਦ ਰਵਾਬ ਉੜਦਾ ਨਹੀਂ ਤਾਂ ਬਾਬੇ ਨਾਨਕ ਨੇ ਹੱਸ ਕੇ ਕਿਹਾ ਕਹਿੰਦੇ ਮਰਦਾਨਿਆਂ ਰਵਾਬ ਤਾਂ ਤਾਂ ਉੜੇ ਜੇ ਹਲਕਾ ਹੋਵੇ ਤੇਰਾ ਰਵਾਬ ਭਾਰਾ ਹੈ ਪਿੱਲੇ ਨੂੰ ਖਾਲੀ ਕਰ ਫੇਰ ਤੇਰਾ ਜਿਹੜਾ ਹੈਗਾ ਉਹ ਰਵਾਬ ਉਡੇਗਾ ਫੇਰ ਦੇਖੋ ਜਿੰਨੇ ਵੀ ਜਿਹੜੇ ਹੀਰੇ ਜਵਾਹਰ ਥੋੜੇ ਜੇ ਰਵਾਬ 'ਚ ਭਰੇ ਸੀਗੇ ਉਹ ਫੇਰ ਭਾਈ ਮਰਦਾਨੇ ਜੀ ਨੇ ਜਿਹੜੇ ਸੀਗੇ ਉਥੇ ਖਾਲੀ ਕੀਤੇ ਤਾਂ ਰਵਾਬ ਫੇਰ ਜਿਹੜਾ ਸੀਗਾ ਉੜਿਆ ਤੇ ਫੇਰ ਸਾਡੇ ਲੋਕ ਚ ਜ ਗਿਆ ਭਾਵ ਕਹਿਣ ਦਾ ਇਹ ਹੈਗਾ ਕਿ ਤਨ ਗੁਰਨਾਨਕ ਸਾਹਿਬ ਮਹਾਰਾ ਦੀ ਸਰਬਵਿਆਪਕਤਾ ਦੂਸਰਾ ਕੀ ਹੈਗਾ ਕਿ ਸਾਨੂੰ ਇਹ ਉਪਦੇਸ਼ ਦਿੱਤਾ ਹੈਗਾ ਕਿ ਵਿਆਹ ਸ਼ਾਦੀਆਂ ਮੌਕੇ ਦੇ ਉੱਤੇ ਅਗਰ ਕੋਈ ਚੰਗਾ ਕੰਮ ਕਰੀਏ ਸ਼ੁਭ ਕੰਮ ਕਰੀਏ ਤਾਂ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਕਰਨਾ ਚਾਹੀਦਾ ਜਿਵੇਂ ਸਾਡੇ ਵਿੱਚ ਆਦਤ ਹੈਗੀ ਆ ਕਿ ਵਿਆਹ ਸ਼ਾਦੀ ਦੇ ਟਾਈਮ ਖਾਸ ਕਰਕੇ ਮਠਿਆਈ ਜਾਂ ਕੁਝ ਹੋਰ ਚੀਜ਼ ਜਿਹੜੀ ਹੈਗੀ ਉਹ ਫਾਲਤੂ ਹੁੰਦੀ ਆ ਅਸੀਂ ਮੌਕਾ ਪਾ ਕੇ ਜਿਹੜੀ ਹੈ ਲਫਾਫਿਆਂ 'ਚ ਪਾ ਕੇ ਘਰ ਨੂੰ ਲੈ ਆਉਂਦੇ ਆ ਤੇ ਬਾਬੇ ਨੇ ਇਹ ਹੀ ਸਾਨੂੰ ਸਿੱਖਿਆ ਦਿੱਤੀ ਆ ਕਿ ਜਦੋਂ ਅਸੀਂ ਇਹ ਚੀਜ਼ ਕਰ ਲਿਆਵਾਂਗੇ ਇਹ ਚੀਜ਼ ਜਿਹੜੀ ਹੈ ਨਾ ਘਰ ਦੇ ਵਿੱਚ ਜਹਿਮਤ ਬਣ ਜਾਂਦੀ ਆ ਤੇ ਜਿਹੜਾ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹੈਗੀਆਂ ਤੇ ਉਹ ਘਰ ਫਿਰ ਤਰੱਕੀ ਨਹੀਂ ਕਰ ਸਕਦੇ ਨਾਂ ਬਣੇ ਨਾ ਜੋੜ ਨਹੀਂ ਸਕਦੇ ਉਹਨਾਂ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਸੋ ਇਹ ਜਿਹੜੀ ਸਿੱਖਿਆ ਵੀ ਜਿਹੜੀ ਹੈ ਨਾ ਬਾਅਦ ਦੇ ਵਿੱਚ ਸਾਨੂੰ ਦਿੱਤੀ ਆ ਇਹ ਵੀ ਜਿਹੜੀ ਹੈ ਨਾ ਬੜੀ ਦੁਰਲੱਭ ਹੈਗੀ ਆ ਇਸ ਸਾਰੀ ਜਿਹੜੀ ਜੋ ਘਟਨਾ ਰਾਜੇ ਪਰਸਤਰੀ ਦੀ ਵਿਆਹ ਸ਼ਾਦੀ ਦੀ ਹੈਗੀ ਆ ਪ੍ਰਾਤਨ ਸਾਖੀ ਪਾਈ ਵਾਲੇ ਜੀ ਦੇ ਉਹਦੇ ਵਿੱਚ ਬੜਾ ਇੱਕ ਹੋਰ ਕੇ ਦੱਸਿਆ ਗਿਆ ਹੈਗਾ ਸੋ ਕਹਿਣ ਤੋਂ ਪਹਿਬ ਇਹ ਹੈਗਾ ਕਿ ਸਾਨੂੰ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਹੋਣ ਦੇ ਤਾ ਮਾਨ ਹੈ ਕਿ ਜਿਸ ਜਗ੍ਹਾ ਤੇ ਵੱਡੇ ਵੱਡੇ ਗੋਰਖ ਰਿਸ਼ੀ ਮੁਨੀ ਜਿਹੜੀਆਂ ਜੜੀਆਂ ਤਾਕਤਾਂ ਹੈਗੀਆਂ ਜਿੱਥੇ ਪਹੁੰਚ ਨਹੀਂ ਸਕਦੀਆਂ ਸਾਡੇ ਗੁਰੂ ਜਿਹੜੇ ਹੈਗੇ ਉਹ ਅਗੰਮ ਹੈ ਅਗੋਚਰ ਹੈ ਤੇ ਜਿਹੜੇ ਸਿੱਖ ਧੰਗ ਗੁਰੂ ਨਾਨਕ ਸਾਹਿਬ ਦੇ ਚਾਨਾਂ ਦੇ ਨਾਲ ਜੁੜਿਓ ਉਹ ਵੀ ਅਗੰਮ ਅਗੋਚਰ ਜਿਹੜੇ ਹੋ ਜਾਂਦੇ ਆ ਉਹਨਾਂ ਦੀ ਵੀ ਪਹੁੰਚ ਜਿਹੜੀ ਆ ਸਭ ਨੀ ਜਗ੍ਹਾ ਹੋ ਜਾਂਦੀ ਹੈ ਐਸੀ ਜਿਹੜੀ ਚੜ੍ਹਦੀ ਕਲਾ ਹੋ ਜਾਂਦੀ ਹੈ ਇਸੇ ਕਰਕੇ ਸਾਨੂੰ ਬਣੀ ਰੱਖੇ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ ਜਨ ਕਲ ਰੱਖੀ ਮੇਰੀ ਸੋ ਦੱਸ ਇਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ ਹੋਇਆ ਬਿਆੰਤ ਭੋਲਾ ਚੁੱਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ